ਸਾਡੇ ਫਾਰਮਰ ਕੈਬਨਿਟ ਮਿਨਿਸਟਰ ਸਾਹਿਬ ਪਾਰਟੀ ਦੇ ਕੋਰ ਕਮੇਟੀ ਦੇ ਮੈਂਬਰ ਉਹ ਬਾਅਦ 'ਚ ਵਿਸਤਾਰ ਦੇ ਨਾਲ ਦੱਸਦੇ ਆ। ਗੱਲ ਨਿਚੋੜ ਇਹ ਹੈ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਲਿਖਤੀ ਆਦੇਸ਼ ਦਿੱਤੇ ਹੈ ਕਿ ਜਿਹੜੇ ਹਲਕੇ 'ਚੋਂ ਕਾਂਗਰਸ ਹਾਰ ਗਈ ਜਿਹੜਾ ਮੰਤਰੀ ਹੈ ਉਹਦੀ ਕੁਰਸੀ ਜਾਂਦੀ ਰਹੂਗੀ, ਜਿਹੜਾ ਐੱਮ ਐੱਲ ਏ ਆ ਉਹਨੂੰ ਅੱਗੋਂ ਟਿਕਟ ਨਹੀਂ ਮਿਲਣੀ, ਅਤੇ ਜਿਹਨੇ ਚੇਅਰਮੈਨ ਬਣਨਾ ਉਹ ਤਾਂ ਬਣ ਸਕੂਗਾ ਜੇ ਆਪਣਾ ਹਲਕਾ ਜਿੱਤ ਕੇ ਆਇਆ। ਉਹਦਾ ਅਸਰ ਜਿਹੜਾ ਤਾਨਾਸ਼ਾਹੀ ਫਰਮਾਨ ਦਾ ਥੱਲੇ ਪ੍ਰਸ਼ਾਸਨ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਿ ਜਿਸ ਤਰ੍ਹਾਂ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਕਮੇਟੀ ਦੀਆਂ ਇਲੈਕਸ਼ਨਾਂ ਦੇ ਵਿੱਚ ਹੇਠਾਂ ਧੱਕੇਸ਼ਾਹੀ ਜਿਹੜੀ ਹੈ ਸਰਪੰਚਾਂ ਦੇ ਨਾਲ, ਪੰਚਾਂ ਦੇ ਨਾਲ, ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਮੈਂਬਰਾਂ ਦੇ ਨਾਲ, ਮੌਜੂਦਾ ਮੈਂਬਰਾਂ ਦੇ ਨਾਲ ਹੋਈ ਸੀ, ਉਸ ਤੋਂ ਵੀ ਵੱਧ ਧੱਕੇਸ਼ਾਹੀ ਕੁਝ ਜ਼ਿਲ੍ਹਿਆਂ ਦੇ ਵਿੱਚ ਹੁਣ ਹੋਣੀ ਸ਼ੁਰੂ ਹੋ ਗਈ। ਕਿਉਂਕਿ ਜਦੋਂ ਇਸ ਤਰ੍ਹਾਂ ਦੇ ਫਰਮਾਨ ਜਾਰੀ ਹੋ ਜਾਣਗੇ ਤਾਂ ਫਿਰ ਅਗਲਿਆਂ ਨੂੰ ਲੱਗਦਾ ਕਿ ਅਸੀਂ ਆਪਣੀ ਨੌਕਰੀ ਬਚਾਈਏ, ਔਰ ਪ੍ਰਸ਼ਾਸਨ ਦਾ ਨੰਗਾ ਚਿੱਟਾ ਦੁਰਉਪਯੋਗ ਜਿਹੜਾ ਉਹ ਹੋਣਾ ਸ਼ੁਰੂ ਹੋ ਗਿਆ, ਜਿਹੜਾ ਕਿ ਕਦੀ ਵੀ ਅਸੀਂ ਜਿਹੜੀਆਂ ਵੱਡੀਆਂ ਇਲੈਕਸ਼ਨਾਂ ਹੁੰਦੀਆਂ ਜਿਹ 'ਚ ਦੇਸ਼ ਦਾ ਇਲੈਕਸ਼ਨ ਕਮਿਸ਼ਨ ਇਨਵਾਲਵ ਹੁੰਦਾ, ਕਿਸੇ ਅਫਸਰ ਦੀ ਹਿੰਮਤ ਕਦੀ ਨਹੀਂ ਸੀ ਪਈ। ਅੱਜ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਹੁੰਦਿਆਂ ਉਹ ਕੁਛ ਹੋਣਾ ਸ਼ੁਰੂ ਹੁੰਦਾ। ਜਥੇਦਾਰ ਜੀ ਦੱਸਣਗੇ ਕਿ ਇਹਨਾਂ ਦੇ ਇੱਕ ਐਸ ਡੀ ਐਮ ਸਾਹਿਬ ਵੱਲੋਂ ਕਿੱਡੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ 57 ਦੇ ਆਰਡਰ ਜਿਹੜੇ ਆ ਕੀਤੇ ਜਾ ਰਹੇ ਆ ਘਰੋਂ ਭਜਾਉਣ ਵਾਸਤੇ, ਡਰਾਉਣ ਵਾਸਤੇ, ਵੀ ਜਾਂ ਤਾਂ ਕਾਂਗਰਸ ਦੇ ਐੱਮ ਪੀ ਜਿਹੜਾ ਉਮੀਦਵਾਰ ਖੜ੍ਹਾ ਮੁਹੰਮਦ ਸਦੀਕ ਉੱਧਰ ਸਾਥ ਦਿਓ ਅਤੇ ਨਹੀਂ ਤਾਂ ਫਿਰ ਤੁਹਾਡਾ ਅੰਦਰ ਤੁਸੀਂ ਹੋ ਜਾਓ। ਜਿਹੜਾ ਵੀਡੀਓ ਕਿ ਉੱਥੇ ਲੱਗਿਆ ਉਹ ਸਾਰੇ ਜਿਹਨੇ ਕੋਈ ਗ੍ਰਾਂਟ ਲਈ ਆ 250-300 ਕਲੱਬ ਉਹ ਸਾਰਿਆਂ ਨੂੰ ਹੀ ਚਿੱਠੀਆਂ ਕੱਢੀ ਜਾ ਰਿਹਾ ਵੀ ਅੰਬੈਜਲਮੈਂਟ ਦੇ ਨੋਟਿਸ ਕਿ ਤੁਹਾਡੀ ਸਾਰੀ ਚੈਕਿੰਗ ਹੋਊਗੀ। ਜਥੇਦਾਰ ਜੀ ਵਿਸਤਾਰ ਦੇ ਵਿੱਚ ਦੱਸਦੇ ਆ, ਇੱਕ ਤਾਂ ਇਹ ਇਸ਼ੂ ਹੈ, ਇੱਕ ਜਿਹੜਾ ਰਾਜਾ ਵੜਿੰਗ ਦਾ ਅਸੀਂ ਬਹੁਤ ਕਲੀਅਰ ਕੱਟ ਭ੍ਰਿਸ਼ਟਾਚਾਰ ਦਾ ਕੇਸ, ਬਰਾਈਬਰੀ ਦਾ ਕੇਸ ਤੁਹਾਡੇ ਸਾਹਮਣੇ ਅਸੀਂ ਕਮਿਸ਼ਨ ਨੂੰ ਦੇ ਕੇ ਗਏ ਸੀ। ਅੱਜ ਬੜੀ ਹੈਰਾਨੀ ਹੋਈ ਹੈ ਕਿ ਉੱਥੇ ਦੇ ਏ ਆਰ ਓ ਜਿਹੜਾ ਬੁਢਲਾਡਾ ਦੇ ਉਹਨਾਂ ਦੀ ਅੱਜ ਸਟੇਟਮੈਂਟ ਆਈ ਹੈ ਕਿ ਮੈਂ ਵੀਡੀਓ ਦੇਖ ਲਈ ਹੈ ਅਤੇ ਮੈਨੂੰ ਉਹਦੇ 'ਚ ਕੁਛ ਵੀ ਗਲਤ ਨਹੀਂ ਲੱਗਿਆ। ਇੱਕ ਤਾਂ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਚਲਾ ਕੇ ਦੇਖੋ, ਇਕੱਲਾ ਇਕੱਲਾ ਨੋਟ ਮੇਰੇ ਖਿਆਲ ਭ੍ਰਿਸ਼ਟਾਚਾਰ ਦਾ ਕਦੀ ਕਿਤੇ ਇੱਦਾਂ ਨਹੀਂ ਗਿਣਿਆ ਗਿਆ ਹੋਣਾ ਜਿਵੇਂ ਉਸ ਵੀਡੀਓ ਦੇ ਵਿੱਚ ਗਿਣਿਆ ਕਿ 1 ਤੋਂ ਲੈ ਕੇ 25 ਤੱਕ ਉਹਨੇ 2000 ਦੇ ਨੋਟ ਦੀ ਗਿਣਤੀ ਕਰਕੇ ਅਤੇ ਲੋਕਾਂ ਨੂੰ ਦਿਖਾਇਆ ਕਿ ਆਹ 25000 ਮੈਨੂੰ ਜਿਹੜੀ ਮੰਜੂ ਬੰਸਲ, ਜਿਹੜਾ ਮੰਗਤ ਰਾਏ ਬੰਸਲ ਦੀ ਵਾਈਫ ਗੁਰਪ੍ਰੀਤ ਭੱਟੀ ਨਾਲ ਰਾਜਾ ਵੜਿੰਗ ਇਹ ਦੇ ਕੇ ਗਏ। ਰਾਜਾ ਵੜਿੰਗ ਨੇ ਉੱਥੇ ਕਿਹਾ ਸੀ ਵੀ ਰੱਖ ਲੈ ਘਰ ਜਾਂਦੀ ਲਕਸ਼ਮੀ ਮੋੜੀ ਦੀ ਨਹੀਂ, ਔਰ ਤੁਸੀਂ ਵੀ ਆਪਣੇ ਚੈਨਲਾਂ 'ਤੇ ਦਿਖਾਤਾ ਅਤੇ ਏ ਆਰ ਓ ਨੂੰ ਨਜ਼ਰ ਨਹੀਂ ਆਇਆ। ਉਹ ਅਸੀਂ ਅੱਜ ਦੁਬਾਰਾ ਲਿਖਤੀ ਦੇ ਕੇ ਆਏ ਹਾਂ ਕਿ ਦੇਖੋ ਜੇ ਐਡੀ ਵੱਡੀ ਜਿਹੜੀ ਗਵਾਹੀ ਹੈ, ਸੈਂਟੀਫਿਕ ਵਿਟਨੈਸ ਹੈ, ਜੇ ਉਹਨੂੰ ਵੀ ਇਗਨੋਰ ਕਰੋਗੇ ਤਾਂ ਫਿਰ ਪ੍ਰਸ਼ਾਸਨ ਦੇ ਉੱਤੇ ਜਾਂ ਇਲੈਕਸ਼ਨ ਕਮਿਸ਼ਨ ਦੇ ਉੱਤੇ ਕਿਸੇ ਨੂੰ ਵਿਸ਼ਵਾਸ ਨਹੀਂ ਰਹੇਗਾ। ਉਹ ਅੱਜ ਅਸੀਂ ਦੁਬਾਰਾ ਮੰਗ ਕੀਤੀ ਹੈ ਕਿ ਇਮੀਡੀਏਟਲੀ ਕਮਿਸ਼ਨ ਕੋਈ ਆਪਣੀ ਟੀਮ ਬਣਾ ਕੇ ਉਹਦੀ ਇਨਕੁਆਇਰੀ ਕਰੇ। ਉਹ ਕੇਸ ਜਿਹੜਾ ਬਹੁਤ ਗੰਭੀਰ ਆ, ਜੇ ਉਸ ਕੇਸ ਨੂੰ ਵੀ ਛੱਡ ਦਿੱਤਾ ਗਿਆ ਫਿਰ ਤਾਂ ਇੱਥੇ ਨੰਗੀ ਚਿੱਟੀ ਜਿਹੜੀ ਹੈ ਖਰੀਦੋ ਫਰੋਖਤ ਵੋਟਾਂ ਦੀ ਜਿਹੜੀ ਆ ਉਹ ਹੋਏਗੀ। ਜਿਹੜੇ ਮੋਗਾ ਦੇ ਜਿਹੜੇ ਹੈਗੇ ਆ ਧਰਮਕੋਟ ਦੇ 2 ਕੇਸ ਉਹ ਜਥੇਦਾਰ ਜੀ ਵਿਸਤਾਰ ਦੇ ਨਾਲ ਤੁਹਾਡੇ ਨਾਲ ਸਾਂਝੇ ਕਰ। ਸਾਡੇ ਹੀ ਕੋਈ ਐਸੇ ਹਾਲਾਤ ਬਣੇ, ਮੈਂ ਪਹਿਲੀ ਵਾਰ ਦੇਖਿਆ, ਮੈਨੂੰ 60 ਸਾਲ ਹੋ ਗਏ ਰਾਜਨੀਤੀ 'ਚ, ਕਦੇ ਅਸੀਂ ਦੇਖਿਆ ਨਹੀਂ ਕਿਸੇ ਦੇ ਕਾਜ ਰੱਦ ਹੁੰਦੇ, ਕਦੇ ਕਿੰਨਾ ਧੱਕਾ ਹੁੰਦਾ ਨਹੀਂ ਦੇਖਿਆ, ਲੋਕ ਰਾਜ ਦਾ ਹੱਕ ਆ ਵੋਟ ਦਾ ਹਰ ਇੱਕ ਨੂੰ। ਪਰ ਸਾਡੇ ਕੀ ਨਵੀਂ ਮਿਸਾਲ ਸ਼ੁਰੂ ਹੋਈ, ਸਾਡੇ ਧਰਮਕੋਟ ਸਬ ਡਿਵੀਜ਼ਨ ਕੋਟੀ ਸੇ ਬਲਾਕ ਦੀਆਂ 138 ਪੰਚਾਇਤਾਂ, ਉਸ ਤੋਂ ਪਹਿਲਾਂ ਬਲਾਕ ਸੰਮਤੀ ਦੇ ਸਾਡੇ 25 ਉਮੀਦਵਾਰ ਬਣਦੇ ਆ, 25 ਉਮੀਦਵਾਰ ਜੋ ਸਾਡੇ ਕਾਜ ਦਲ ਕਰਨਗੇ, ਨਵਾਂ ਦੀਆਂ ਫਾਈਲਾਂ ਖੋ ਕੇ ਪਾੜਤੀਆਂ ਨੇ ਗੇਟ 'ਤੇ ਕਾਂਗਰਸ ਨੇ, 400-500 ਇਕੱਠਾ ਖੜਾ ਸੀ। ਫਿਰ ਮੈਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਔਰ ਨਾਲ ਹੀ ਅਸੀਂ ਹੋਰ ਉੱਥੇ ਡੀ ਸੀ ਸਾਰਿਆਂ ਦੇ ਰੋਸ ਪ੍ਰਗਟ ਕੀਤਾ। ਫਿਰ ਸਾਨੂੰ ਜਾ ਕੇ 2 ਵਜੇ ਇਨਸਾਫ ਮਿਲਿਆ ਵੀ ਪੁਲਿਸ ਦੀ ਕਸਟੱਡੀ ਤੁਹਾਨੂੰ ਅਸੀਂ ਕਾਜ ਦਾਖਲ ਕਰਾ ਦਿੰਦੇ। ਪੁਲਿਸ ਦੀ ਕਸਟੱਡੀ ਸਾਡੇ 9 ਫਾਈਲਾਂ ਪਹਿਲਾਂ ਪਾਰਟੀਆਂ ਡੀ ਸੀ ਫਾਈਲ ਪੜੀਆਂ ਨਹੀਂ ਜਾ ਸਕਦੀਆਂ, 9-15 ਫਾਈਲਾਂ ਜੋ ਅਸੀਂ ਲੈ ਕੇ ਗਏ ਨਾਲ ਸਾਡੇ ਉਮੀਦਵਾਰ ਗਏ ਤਾਂ ਉਹ ਗੇਟ 'ਚੋਂ ਫਿਰ ਨਾ ਉੱਠੇ। ਐੱਸ ਪੀ ਨੇ ਮਿੰਨਤਾਂ ਕੀਤੀਆਂ, ਉਹ ਜਿਹੜਾ ਐੱਸ ਪੀ ਸੀ ਐੱਸ ਪੀ ਐੱਚ ਦੇ ਗਲ ਪੈ ਗਏ, ਉਹ ਸਬਲੀਰ ਉੱਥੇ ਜਿਹੜੀ ਸੀਗੀ ਔਰ ਮੁੜ ਕੇ ਉਹਦੇ ਨਾਲ ਉਲਝ ਗਏ। ਉਹਨਾਂ ਨੇ ਫਿਰ ਲਾਠੀ ਚਾਰਜ ਦਾ ਹੁਕਮ ਦਿੱਤਾ, ਫਿਰ ਉਹ ਗੇਟ ਤੋਂ ਉਠਾਏ, ਗੇਟ ਤੋਂ ਉਠਾ ਕੇ ਫਿਰ ਵੀ ਸਾਡੀਆਂ 1-2 ਫਾਈਲਾਂ ਪਾੜਤੀਆਂ। 14 ਫਾਈਲਾਂ ਦੇ ਸੀ, 14 ਉਮੀਦਵਾਰਾਂ ਦੇ ਕਾਜ ਦਾਖਲ ਕਰ ਸਕੇ ਸੀ। ਪੁਲਿਸ ਨੇ ਉਹਨਾਂ 'ਤੇ 150 ਦੇ ਉੱਤੇ ਪਰਚਾ ਦਰਜ ਕੀਤਾ ਵੀ ਸਾਡੇ ਸਰਕਾਰੀ ਕੰਮ 'ਚ ਦਖਲ ਦਿੱਤਾ, ਸਾਡੇ ਕੱਪੜੇ ਪੜੇ, ਕਈ ਧਰਾਵਾਂ ਲਾਈਆਂ, ਪਰ ਉਹ 150 ਕਿਸੇ 'ਤੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ। ਉਹਦਾ ਸਿੱਟਾ ਕੀ ਨਿਕਲਿਆ, ਮੁੜ ਕੇ ਪੰਚਾਇਤ ਚੋਣਾਂ ਆਈਆਂ, ਪੰਚਾਇਤ ਚੋਣਾਂ 'ਚ 138 ਪੰਚਾਇਤਾਂ, ਸਾਡੇ 138 ਪੰਚਾਇਤ ਹੈਰਾਨ ਹੋਵੋਗੇ, 68 ਸਰਪੰਚਾਂ ਦੇ ਕਾਜ ਰੱਦ ਕੀਤੇ ਗਏ, ਲੋਕਾਂ ਦਾ ਹੱਕ ਖੋਲ੍ਹਿਆ,
ਲਿਖਿਆ ਕੀ ਗਿਆ, ਗੜੇ 'ਤੇ ਕਬਜ਼ਾ। ਲੋਕ ਖੇਤਾਂ 'ਚ ਬੈਠੇ ਆ, ਗੜੇ 'ਤੇ ਕਬਜ਼ਾ। ਜਿਹੜੇ ਸਰਪੰਚ ਸਾਡੇ ਅਕਾਲੀ ਦਲ ਦੇ ਉਮੀਦਵਾਰ ਸੀ, ਉਹਨਾਂ ਅਸੀਂ ਠਾਠਾਂ ਦੀਆਂ ਇਸ ਵੇਲੇ 17 ਦੀ ਕੇਵਲ ਚੋਣ ਹੋਈ ਸੀ, ਠਾਠਾਂ ਦੀਆਂ ਅਸੀਂ ਪਟੀਸ਼ਨਾਂ ਪਾਈਆਂ ਹੋਈਆਂ ਡੀ ਸੀ ਦੇ, ਜਿਹੜੀਆਂ ਪੈਂਡ ਕੇ ਚੱਲ ਰਹੀਆਂ। ਇਸ ਤਰ੍ਹਾਂ 471 ਪੰਚਾਇਤ ਮੈਂਬਰਾਂ ਦੇ ਜਨਰਲ ਕੈਟੇਗਰੀ ਦੇ ਰੱਦ ਕੀਤੇ, ਉਹਨਾਂ 'ਤੇ ਗੜੇ ਦਾ ਕਬਜ਼ਾ ਹੀ ਲਿਖਿਆ ਪਿਆ ਵੀਡੀਓ ਦਾ। ਉਹ ਵੀਡੀਓ ਰਿਟਾਇਰ ਹੋ ਗਿਆ, ਉੱਥੇ ਨਵਾਂ ਆਇਆ ਹੁਣ ਵੀਡੀਓ। ਉਹ ਵੀ ਉਹਨੂੰ ਉਸ ਵੀਡੀਓ ਨੂੰ ਪਾਰਟੀ ਬਣਾਇਆ ਹੋਇਆ ਪਟੀਸ਼ਨਾਂ 'ਚ। ਹੁਣ ਜਿਹੜਾ ਨਵਾਂ ਵੀਡੀਓ ਹੈ, ਇਹਨੇ ਹੁਣ ਸਾਡੀਆਂ 300 ਕਲੱਬਾਂ ਸਾਡੇ ਹਲਕੇ 'ਚ, ਉਹਨਾਂ 'ਚ ਬਹੁਤ ਸੰਮਤੀ ਕਲੱਬਾਂ ਨੋਟਸ ਭੇਜਤੇ ਵੀ ਮੇਰੇ ਪੇਸ਼ ਹੋਵੋ ਤੁਸੀਂ, ਆ ਵੀ ਤੁਸੀਂ ਆਹ ਤੁਸੀਂ ਹਿਸਾਬ ਕਿਤਾਬ ਦਿਓ। ਸਰ ਲੱਗੇ ਹਲਕੇ ਯੂਟੀ ਦਾ ਸਰਟੀਫਿਕੇਟ ਉਹਨਾਂ ਕੋਲ ਸਰ ਹੈਗੇ, ਜਦੋਂ ਜਾਂਦੇ ਆ ਉਹਨਾਂ ਨੂੰ ਬਕਾਇਦਾ ਉਹਨੇ ਸਾਈਨ ਕਰਕੇ ਦਿੱਤੇ ਆ ਵੀ ਸਾਨੂੰ ਆਹ ਬੋਲਿਆ ਵੀ ਤੁਸੀਂ ਕਾਂਗਰਸ ਦਾ ਸਾਥ ਦਿਓ, ਤਾਂ ਤੁਹਾਡੇ ਨੋਟਸ ਵਾਪਸ ਹੋਣਗੇ। ਇਹ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਅਸੀਂ ਅੱਜ ਚੋਣ ਕਮਿਸ਼ਨ ਦੇ ਧਿਆਨ 'ਚ ਲਿਆਂਦੀਆਂ, ਜਿਹੜੀਆਂ ਸਾਡੇ ਕੋਲ ਸ਼ਿਕਾਇਤਾਂ ਕਲੱਬ ਨੇ ਕੀਤੀਆਂ ਲਿਖਤੀ ਤੌਰ 'ਤੇ, ਉਹੀ ਅਸੀਂ ਤੁਹਾਨੂੰ ਦੱਸ ਰਹੇ ਹਾਂ। ਇਸ ਤਰ੍ਹਾਂ ਜਿਹੜਾ SDM ਆ ਉਹਨੇ 95 ਸਾਡੇ ਜੋ ਚੇਅਰਮੈਨ ਰਹੇ ਆ, ਵਾਈਸ ਚੇਅਰਮੈਨ ਰਹੇ ਆ, ਮਾਰਕੀਟ ਕਮੇਟੀਆਂ ਦੇ ਸੰਮਤੀਆਂ ਦੇ ਰਹੇ ਆ, ਹੋਰਾਂ ਦੇ ਜਿੰਨੇ ਇੰਪੋਰਟੈਂਟ ਸਰਪੰਚ ਰਹੇ ਆ ਜਾਂ ਹੁਣ ਮੌਕੇ ਦੇ ਸਰਪੰਚ ਆ, ਉਹਨਾਂ ਦੇ 157 ਦੇ ਸੰਮਣ ਭੇਜਤੇ 95 ਬੰਦਿਆਂ ਨੂੰ, ਅਤੇ ਜਿਹੜੇ ਉਹਨਾਂ ਦੇ 150 SDM ਦੇ ਸਾਹਮਣੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਸੀ, ਪੁਲਿਸ ਨਾਲ ਧੱਕਾ ਮੱਕੀ ਕੀਤੀ, ਪੁਲਿਸ ਦੇ ਕੰਮ 'ਚ ਦਖਲ ਦਿੱਤਾ, ਉਹਨਾਂ 'ਤੇ ਪਰਚਾ ਉਸੇ SDM ਦੀ ਕੋਰਟ ਕੋਲ ਪਰਚਾ ਸਾਹਮਣੇ ਗੇਟ 'ਤੇ ਹੋਇਆ, ਉਹਨਾਂ 150 ਦੇ ਖਿਲਾਫ਼ ਕੋਈ ਸੰਮਣ ਨਹੀਂ, ਉਹਨਾਂ ਤੋਂ ਲਾਂਡ ਆਰਡਰ ਦਾ ਕੋਈ ਖਤਰਾ ਨਹੀਂ ਗਾ। 150 ਸਾਡੇ ਜਿਹੜੇ 95 ਆ ਜਿਹੜੇ ਭਲੇ ਮਾਣਸ ਲੋਕ ਆ, ਉਹਨਾਂ ਨੂੰ ਡਰਾਉਣ ਵਾਸਤੇ ਸੰਮਣ ਭੇਜਤੇ, ਉਹ ਸੰਮਣਾਂ ਦੀ ਕਾਪੀ ਸਾਰੀ ਨਾਲ ਲਾ ਕੇ ਦੇ ਕੇ ਆਏ ਅਸੀਂ। ਇਹਨਾਂ ਦੀ ਬੇਇਨਸਾਫੀ ਹੋ ਰਹੀ ਆ। ਅਸੀਂ ਕਹਿੰਦੇ ਵੀ ਜਿਹੜੇ SDM ਜੇ ਪਹਿਲਾਂ ਹੀ ਉਦੋਂ ਸੰਮਤੀ ਵੇਲੇ ਇਹਨਾਂ ਲੋਕਾਂ 'ਤੇ ਕਾਰਵਾਈ ਹੋ ਜਾਂਦੀ, ਵੀਡੀਓ 'ਤੇ ਹੋ ਜਾਂਦੀ, ਤਾਂ ਸ਼ਾਇਦ ਇਹ ਹੁਣ ਵਾਲਾ ਭਾਣਾ ਨਾ ਵਾਪਰਦਾ। ਇਹ ਜਿਵੇਂ ਪਹਿਲੇ ਚੋਣ ਕਮਿਸ਼ਨ ਵੇਲੇ ਉਹਦੀ ਨਰਮੀ ਦਾ ਨਜਾਇਜ਼ ਫਾਇਦਾ ਉਠਾਉਂਦੇ ਰਹੇ, ਉਵੇਂ ਹੁਣ ਇਹਨਾਂ ਦੇ ਲਹੂ ਮੂੰਹ ਲੱਗਿਆ ਸਾਡੇ ਉੱਥੋਂ ਦੇ ਜਿਹੜੇ ਲੋਕਲ ਹੈਗੇ ਆ। ਤੁਸੀਂ ਪਹਿਲਾਂ ਵੀ ਪੰਚਾਇਤ ਇਲੈਕਸ਼ਨ ਦੇ ਟਾਈਮ 'ਚ ਕੰਪਲੇਂਟਾਂ ਦਿੱਤੀਆਂ ਸੀ, ਇਲੈਕਸ਼ਨ ਕਮਿਸ਼ਨ ਹੁਣ ਵੀ ਦਿੱਤੀ ਆ, ਤੁਹਾਨੂੰ ਲੱਗਦਾ ਇੱਥੋਂ ਇਨਸਾਫ ਮਿਲੂਗਾ? ਇਹ ਚੋਣ ਕਮਿਸ਼ਨ ਦਾ ਅਤੇ ਉਹ ਚੋਣ ਕਮਿਸ਼ਨ ਦੀ ਪਾਵਰ ਦਾ ਫਰਕ ਆ। ਉਹ ਸਾਨੂੰ ਚੋਣ ਕਮਿਸ਼ਨ ਕਹਿੰਦਾ ਮੈਂ ਇਹਨਾਂ ਦੇ ਖਿਲਾਫ਼, ਮੇਰੇ ਕੋਲ ਪਾਵਰ ਨਹੀਂ ਐਕਟ ਦੇ ਵਿੱਚ, ਪਰ ਇੱਥੇ ਚੋਣ ਕਮਿਸ਼ਨ ਕੋਲ ਬਹੁਤ ਵੱਡੀ ਪਾਵਰ ਆ, ਸੈਂਟਰ ਦੇ ਚੋਣ ਕਮਿਸ਼ਨ ਕੋਲ। ਸਾਨੂੰ ਪੂਰੀ ਆਸ ਆ ਵੀ ਸਾਨੂੰ ਇਨਸਾਫ ਮਿਲੇਗਾ। ਜੇ ਇਨਸਾਫ ਨਾ ਮਿਲਿਆ ਫਿਰ ਤਾਂ ਲੋਕਾਂ ਦਾ ਯਕੀਨ ਟੁੱਟ ਜੀ ਵੋਟ ਤੋਂ, ਲੋਕਾਂ ਦਾ ਵੋਟ ਦਾ ਜਿਹੜਾ ਮਰਜ਼ੀ ਹੱਕ ਹੋ ਲਿਆ ਕਰੂਗਾ। ਠੀਕ, ਥੈਂਕ ਯੂ ਸਰ।